ਅਬਸੋਲੂਟ ਪੰਜਾਬ ਦਾ ਵੈਸ ਤੁਹਾਡਾ ਸਵਾਗਤ ਜੀ ਇੱਕ ਵਾਰ ਤੇ ਆਪਾਂ ਜਿਹੜਾ 35 ਸਿੱਖਣ ਤੋਂ ਮਗਰੋਂ ਤੁਹਾਡੇ ਨਾਲ ਜਿਹੜੇ ਲਗਾ ਮਾਤਰਾ ਸਿੱਖਣੀਆਂ ਸ਼ੁਰੂ ਕੀਤੀਆਂ ਸੀ ਉਹਦੇ ਵਿੱਚ ਤੁਸੀਂ ਮੁਕਤਾ ਜਿੱਥੇ ਕੋਈ ਆਪਾਂ ਲਗਾ ਮਾਤਰਾ ਨਹੀਂ ਲਾਉਣੀ ਤੇ ਉਸ ਤੋਂ ਬਾਅਦ ਕੰਨਾ ਤੇ ਫਿਰ ਉਸ ਤੋਂ ਬਾਅਦ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਆਪਾਂ ਸਿੱਖ ਚੁੱਕੇ ਆ ਤੇ ਹੁਣ ਵਾਰੀ ਹੈਗੀ ਆ ਲਾਂਵਾਂ ਦੀ ਲਾਂਵਾਂ ਜਿਹੜੀਆਂ ਇਹ ਇੱਕ ਲਾਮ ਪਹਿਲਾਂ ਆਪਾਂ ਸਿੱਖਾਂਗੇ ਪਰ ਹੈ ਇੱਕ ਪਰ ਇਹਨਾਂ ਨੂੰ ਨਾਂ ਇਹਦਾ ਹੈਗਾ ਲਾਵਾਂ ਜਿਹੜੀਆਂ ਦੋ ਹੁੰਨੀਆਂ ਉਹਨੂੰ ਹੋ ਗਿਆ ਦੋ ਲਾਵਾਂ ਇਹ ਜਿਹੜੀਆਂ ਲਾਵਾਂ ਇਹ ਏਦਾਂ ਅੱਖਰ ਦੇ ਉੱਪਰ ਲੱਗਦੀਆਂ ਤੁਹਾਨੂੰ ਮੈਂ ਇੱਕ ਦੋ ਮਸਾਲਾ ਵੀ ਇਹਦੀਆਂ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਇਹਦੀ ਆਵਾਜ਼ ਕਿਸ ਤਰ੍ਹਾਂ ਦੀ ਆ ਇਹ ਊੜੇ ਤੇ ਐੜੇ ਦੇ ਉੱਪਰ ਨਹੀਂ ਲੱਗਦੀ ਸਿਰਫ ਈੜੀ ਦੇ ਉੱਪਰ ਲੱਗਦੀ ਆ ਜੇ ਆਪਾਂ ਇਹਦੇ ਸਾਊਂਡ ਜਿਹੜੀ ਆਵਾਜ਼ ਜਿਹੜੀ ਆਉਂਦੀ ਆ ਉਹ ਆਉਂਦੀ ਹੈਗੀ ਏ ਦੀ ਏ ਕੋਈ ਵੀ ਏ ਦੀ ਆਵਾਜ਼ ਹੈ ਜਿਸ ਤਰ੍ਹਾਂ ਆਪਾਂ ਕਹਣਾ ਜੀਬ ਕੇਸ ਮੇਲ ਕੇਲ ਉਥੇ ਲਾਵਾਂ ਲੱਗਣੀਆਂ ਇਹ ਊੜਾ ਐੜਾ ਈੜੀ ਦੇ ਵਿੱਚੋਂ ਸਿਰਫ ਈੜੀ ਤੇ ਲੱਗਦੀ ਆ ਜੇ ਆਪਾਂ ਲਿਖਣਾ ਹੋਵੇ ਇਸ ਜਾਂ ਏਕਤਾ ਇਕਤਾ ਲਿਖਣਾ ਤਾਂ ਈੜੀ ਉੱਪਰ ਲਾਵਾਂ ਕਕਾ ਤੱਪਾ ਤੱਤੇ ਨੂੰ ਕੰਨਾ ਇੱਥੇ ਆਪਾਂ ਐੜਾ ਜਾਂ ਊੜਾ ਨਹੀਂ ਲੱਗ ਸਕਦਾ ਕਿਉਂਕਿ ਐੜ ਤੇ ਊੜ ਤੇ ਲਾਵਾਂ ਜਿਹੜੀਆਂ ਉਹ ਨਹੀਂ ਲੱਗਦੀਆਂ ਤੇ ਇਹ ਜਿਹੜੀਆਂ ਲਾਵਾਂ ਇਸ ਤਰ੍ਹਾਂ ਦਾ ਇਹ ਸ਼ਕਲੇ ਦੀ ਹੈਗੀ ਹੈ ਇੱਥੇ ਬੇਲ ਨਹੀਂ ਹੁੰਦਾ ਪਰ ਜਦੋਂ ਆਪਾਂ ਲਿਖਦੇ ਆ ਤਾਂ ਤੁਹਾਨੂੰ ਪਤਾ ਕਿ ਡਰਾਇੰਗ ਵਾਂਗੂ ਨਹੀਂ ਲਿਖ ਹੁੰਦਾ ਆਪਾਂ ਜਿੱਦਾਂ ਚਾਹੇ ਜੇ ਕੱਕਾ ਲਿਖਣਾ ਹੋਵੇ ਕੱਕੇ ਦੇ ਉੱਪਰ ਲਾਵਾ ਚਾਹੀਏ ਇਸ ਤਰ੍ਹਾਂ ਪਾਈਆਂ ਹੋਣ ਜਾਂ ਇਸ ਤਰ੍ਹਾਂ ਪਾਈਆਂ ਹੋਣ ਜਾਂ ਛੋਟੀ ਬਹੁਤੀ ਲਕੀਰ ਵੀ ਪਾਈ ਹੋਵੇ ਤਾਂ ਤੁਹਾਨੂੰ ਪਤਾ ਲੱਜਾਂਦਾ ਕਿ ਇਹ ਕੱਕੇ ਦੇ ਉੱਪਰ ਲਾਵਾਏ ਹੋਣੀਆਂ ਕਿ ਜੇ ਪ੍ਰਿੰਟ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਉਹਨਾਂ ਨੇ ਚੰਗੀ ਤਰ੍ਹਾਂ ਕੀਤਾ ਹੁੰਦਾ ਜਦੋਂ ਆਪਾਂ ਲਿਖਦੇ ਆ ਤੇ ਥੋੜਾ ਬਹੁਤਾ ਫਰਕ ਪੈ ਜਾਂਦਾ ਤੇ ਆਪਾਂ ਇਹ ਚੇਤਾ ਰੱਖਣਾ ਕਿ ਇਹ ਅੱਖਰ ਦੇ ਉੱਪਰ ਲੱਗਦੀ ਆ ਹੋਰ ਕਿਸੇ ਪਾਸੇ ਨਹੀਂ ਕੋਈ ਵੀ ਅੱਖਰ ਤੇ ਜਿੱਥੇ ਆਪਾਂ ਇਹਨੂੰ ਵਾਤਣਾ ਉਥੇ ਇਹ ਉੱਪਰ ਲਗਣੀਆਂ ਤੇ ਮੈਂ ਜਿਹੜੇ ਵੀ ਤੁਹਾਨੂੰ ਮਿਸਾਲ ਦੇਵਾਂ ਉਹ ਕੋਸ਼ਿਸ਼ ਕਰਾਂਗਾ ਕਿ ਉਹਦੇ ਵਿੱਚ ਜਿਹੜੇ ਆਉਣ ਵਾਲੇ ਹਲੇ ਲਗਾ ਮਾਤਰਾयां ਜਿਹੜੀਆਂ ਆਪਾਂ ਤੁਹਾਡੇ ਨਾਲ ਨਹੀਂ ਸਾਂਝੀਆਂ ਕੀਤੀਆਂ ਮਿਸਾਲ ਵਜੋਂ ਹਲੇ ਹੋੜਾ ਆਉਣਾ ਆ ਕਨੌੜਾ ਆਉਣਾ ਆ ਟਿੱਪੀ ਆਉਣੀ ਆਦਿਕ ਤੇ ਮੈਂ ਜਿਹੜਾ ਕੰਨਾ ਬਿਹਾਰੀ ਸਿਹਾਰੀ ਔਂਕੜ ਦੁਲੈਂਕੜ ਤੁਹਾਡੇ ਨਾਲ ਸਾਂਝੇ ਕੀਤੇ ਕੋਸ਼ਿਸ਼ ਕਰਾਂਗਾ ਕਿ ਜਿਹੜੀ ਵੀ ਮੈਂ ਤੁਹਾਨੂੰ ਕੋਈ ਮਿਸਾਲ ਦੇਵਾਂ ਲਿਖਣ ਲਈ ਉਹਦੇ ਵਿੱਚ ਉਹੀ ਲਗਾ ਮਾਤਰਾ ਹੋਣ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਆ ਲਗਾ ਮਾਤਰਾ ਜਿਹੜੀ ਲੱਗੀ ਆ ਉਹ ਕਿਸ ਤਰ੍ਹਾਂ ਆਪਾਂ ਕਿੱਥੇ ਲਾਉਣੇ ਆ ਤੇ ਆਪਾਂ ਤੁਹਾਨੂੰ ਇੱਕ ਦੋ ਮਿਸਾਲ ਦਿੰਨੇ ਆ ਤੁਸੀਂ ਚੇਤਾ ਰੱਖਣਾ ਇੱਕ ਵਾਰੀ ਫੇਰ ਕਿ ਜਿਹੜੀਆਂ ਲਾਵਾ ਆ ਇਹਦੀ ਆਵਾਜ਼ ਜਿਹੜੀ ਹੈਗੀ ਆ ਏ ਦੀ ਆਪਾਂ ਜੇ ਲਿਖਣਾ ਕੇਸ਼ ਕਕਾ ਇੱਥੇ ਬਣ ਗਿਆ ਖੇ ਸਸਾ ਕਿਸ ਤੁਸੀਂ ਪਹਿਲੇ ਵੀ ਜਿਹੜੀਆਂ ਲਗਾ ਮਾਤਰਾ ਉਹ ਚੇਤਾ ਰੱਖਣੀਆਂ ਸਾਰੀਆਂ ਅੱਖਰ ਵੀ ਚੇਤੇ ਰੱਖਣੇ ਆ ਤਾਂ ਕਿ ਐਦਾਂ ਨਾ ਹੋਵੇ ਕਿ ਤੁਸੀਂ ਇੱਕ ਚੀਜ਼ ਜਿਹੜੀ ਆ ਉਹਨੂੰ ਪੱਕਾ ਕਰੀ ਜਾਂਦੇ ਹੋ ਤੇ ਪਿਛਲੇ ਦਾ ਤੁਹਾਨੂੰ ਪਤਾ ਨਾ ਹੋਵੇ ਕਿਉਂਕਿ ਜਦੋਂ ਆਪਾਂ ਲੰਮੇ ਅੱਖਰ ਜਾਂ ਆਪਾਂ ਲਾਈਨਾਂ ਕੋਈ ਪੈਰਾਗ੍ਰਾਫ ਲਿਖਣਾ ਪੈਰਾ ਲਿਖਣਾ ਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਮਾਫੀ ਮੰਗਦਾ ਕਿ ਕਦੇ-ਕਦੇ ਮੇਰੇ ਤੋਂ ਗਲਤੀ ਨਾਲ ਅੰਗਰੇਜ਼ੀ ਦਾ ਅੱਖਰ ਕੋਈ ਬੋਲ ਹੋ ਜਾਂਦਾ ਮੈਂ ਭਾਰਤ ਛੱਡਿਆ ਨੂੰ ਮੈਨੂੰ ਤਕਰੀਬਨ 43ਵਾਂ ਸਾਲ ਜਾਂਦਾ ਤੇ ਇੰਡੀਆ ਮੈਂ ਭਾਰਤ ਚਾਰ ਪੰਜ ਵਾਰੀ 43 ਸਾਲਾਂ ਦੇ ਵਿੱਚ ਦੋ ਦੋ ਜਾਂ ਤਿੰਨ ਤਿੰਨ ਹਫ਼ਤੇ ਗਿਆ ਤੇ ਰੋਜ਼ ਇੱਥੇ ਮੇਰੀ ਅੰਗਰੇਜ਼ੀ ਬੋਲਣ ਦੀ ਬਾਹ ਪੈਂਦੀ ਪਰ ਮੈਂ ਫੇਰ ਵੀ ਕੋਸ਼ਿਸ਼ ਕਰਦਾ ਹਾਂ ਪੂਰੀ ਕਿ ਮੈਂ ਪੰਜਾਬੀ ਬੋਲਾਂ ਹਰੇਕ ਸਾਬਕ ਤੇ ਵਜਤਾ ਮੈਂ ਨਹੀਂ ਕਹਿੰਦਾ ਪਰ ਫੇਰ ਵੀ ਮੈਂ ਬਾਰ-ਬਾਰ ਚੇਤਾ ਕਰਉਂਦਾ ਰਹਨਾ ਕਿ ਮੈਂ ਕੋਈ ਟੀਚਰ ਨਹੀਂ ਕੋਈ ਮੈਂ ਪ੍ਰੋਫੈਸਰ ਨਹੀਂ ਕੋਈ ਵੱਡਾ ਵਿਦਵਾਨ ਨਹੀਂ ਆ ਤੁਹਾਡੇ ਵਰਗਾ ਆ ਸਧਾਰਨ ਬੰਦਾ ਹਾਂ ਤੇ ਮੈਂ ਕੋਸ਼ਿਸ਼ ਕਰਦਾ ਕਿ ਪੰਜਾਬੀ ਨੂੰ ਜਿੰਨਾ ਕੋ ਉੱਪਰ ਚੱਕ ਹੋਵੇ ਦੁਨੀਆ ਦੇ ਵਿੱਚ ਇਹਨੂੰ ਮਹੱਤਤਾ ਮਿਲੇ ਆ ਮੇਰੀ ਮਾਂ ਬੋਲੀ ਆ ਤੇ ਇਸ ਕਰਕੇ ਜੇ ਮੇਤੋਂ ਕੋਈ ਗਲਤੀ ਵੀ ਹੋ ਜਵੇ ਤੇ ਮੈਂ ਅਗਾਉ ਉਹਦੀ ਮਾਫੀ ਮੰਗ ਲੈਣਾ ਥੋਤੋਂ ਕਿ ਮੈਂ ਕੋਈ ਵੱਡਾ ਵਿਦਵਾਨ ਨਹੀਂ ਹਾਂ ਕਈ ਵਾਰ ਕਈ ਲੋਕ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਗਲਤੀ ਹੀ ਕੱਢਣੀ ਆ ਕਿਸੇ ਨੂੰ ਚੰਗਾ ਕੰਮ ਕਰਨ ਲਈ ਸ਼ਾਬਾਸ਼ ਨਹੀਂ ਦੇਣੀ ਸਿਰਫ ਗਲਤੀ ਕੱਢਣੀ ਆ ਪਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਜੇ ਤੁਸੀਂ ਗਲਤੀਆਂ ਕਰਦੇ ਮੇਰੇ ਨਾਲੋਂ ਵੱਡੇ ਵਿਦਵਾਨ ਨੇ ਫਿਰ ਤੁਸੀਂ ਸੇਵਾ ਕਰ ਲਓ ਤੁਹਾਨੂੰ ਕੋ ਰੋਕਦਾ ਤਾਂ ਹੈ ਨਹੀਂ ਕਿਸੇ ਸੇਵਾ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਕੋਈ ਕਿਸੇ ਨੂੰ ਰੋਕਦਾ ਨਹੀਂ ਹੁੰਦਾ ਤੇ ਇਸ ਕਰਕੇ ਨੁਕਸ ਹੈਗਾ ਕੋਈ ਵੱਡਾ ਮੈਨੂੰ ਸਲਾਹ ਮਾਸ਼ਵਰਾ ਦਿਓ ਸਿਰ ਮੱਥੇ ਤੇ ਕਿਉਂਕਿ ਜੇ ਤੁਸੀਂ ਮੇਰੀ ਗਲਤੀ ਕੱਢਦੇ ਹੀ ਨਹੀਂ ਬਿਲਕੁਲ ਹੀ ਤੇ ਮੈਨੂੰ ਪਤਾ ਨਹੀਂ ਲੱਗਣਾ ਕਿ ਮੈਂ ਗਲਤੀ ਕਰਦਾ ਪਰ ਨਿੱਕੀ ਨਿੱਕੀ ਚੀਜ਼ ਦੀ ਜੀ ਗਲਤੀ ਕੱਢਣੀ ਹੈ ਤੇ ਉਹ ਕਹਿਵਾ ਤੁਹਾਡਾ ਹੌਸਲਾ ਫੇ ਟੁੱਟ ਜਾਂਦਾ ਕਿ ਕਹਿਣਾ ਛੱਡੋ ਬੁਰਾ ਯਾਰ ਕੋਈ ਇਹ ਨੂੰ ਸਮਝਦਾ ਤਾਂ ਹੈ ਨਹੀਂ ਚਲੋ ਮੁੜ ਕੇ ਆਪਾਂ ਫੇਰ ਆਉਨੇ ਆ ਲਾਵਾਂ ਤੇ ਇਹ ਹੈਗਾ ਕੇਸ ਤੇ ਆਪਾਂ ਜੇ ਲਿਖਣਾ ਕਈਆਂ ਦਾ ਲਾ ਹੀ ਹੁੰਦਾ ਜਾਂ ਆ ਚਲੋ ਮੈਂ ਠੇਕਾ ਸ਼ਰਾਬ ਤਾਂ ਮੈਂ ਤੁਹਾਨੂੰ ਮੈਂ ਦੱਸਦਾ ਮੈਂ ਵੀਰ ਸ਼ਰਾਬ ਨਹੀਂ ਪੀਂਦਾ ਮੈਂ სპੋਰਟਸਮੈਨ ਆ ਦੁਨੀਆ ਦੇ ਪੱਧਰ ਤੇ ਵੱਡੇ ਲੈਵਲ ਤੇ სპੋਰਟਸਮੈਨ ਰਿਹਾ ਆ ਹਾਲੇ ਵੀ ਹੈਗਾ ਆ ਤੇ ਆਪਾਂ ਜੇ ਲਿਖਣਾ ਠੇਕਾ ਠੇਕਾ ਲਿਖਣਾ ਠਠਾ ਠ ਕਕਾ ਇਹ ਇਹਦੀ ਆਵਾਜ਼ ਕਿਸੇ ਤਰ੍ਹਾਂ ਆਉਣੀ ਨਹੀਂ ਹੈਗੀ ਤਾਂ ਬਣਾ ਠਕ ਆਪਾਂ ਲਿਖਣਾ ਠੇਕਾ ਫੇਰ ਮੈਂ ਤੁਹਾਨੂੰ ਦੱਸਿਆ ਕਿ ਏ ਦੀ ਆਵਾਜ਼ ਹੈਗੀ ਲਾਵਾ ਆਪਾਂ ਠੱਠੇ ਦੇ ਉੱਪਰ ਲਾਵਾ ਤੇ ਆ ਦੀ ਆਵਾਜ਼ ਤੁਹਾਨੂੰ ਚੇਤਾ ਹੋਣਾ ਆ ਜਰੂਰ ਚੇਤਾ ਰੱਖਣਾ ਚਾਹੀਦਾ ਕੰਨਾ ਤੇ ਕਕੇ ਨੂੰ ਕੰਨਾ ਏ ਬਣ ਗਿਆ ਠੇਕਾ ਤੇ ਇੱਕ ਅੱਖਰ ਆਪਾਂ ਹੋਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ ਜਿਹਦਾ ਕੋਈ ਕਿਸੇ ਟਾਈਮ ਦੇ ਉੱਤੇ ਬੜੀ ਇੱਜ਼ਤ ਹੁੰਦੀ ਸੀ ਹੁਣ ਤੇ ਕੋਈ ਇੱਜ਼ਤ ਹੈ ਹੀ ਨਹੀਂ ਨੇਤਾ ਕੋਈ ਨੇਤਾ ਜਿਹੜੇ ਹੁਣ ਅੱਜ ਕੱਲ ਦੇ ਪੋਲਿਟਿਕਸ ਦੇ ਵਿੱਚ ਨੇਤਾ ਉਹਨਾਂ ਦੀ ਕੋਈ ਇੱਜ਼ਤ ਤਾਂ ਹੁੰਦੀ ਨਹੀਂ ਕਿਉਂਕਿ ਉਹਨਾਂ ਨੇ ਕੋਈ ਕੰਮ ਸਿੱਧਾ ਲੋਕਾਂ ਲਈ ਕਰਨਾ ਨਹੀਂ ਤੇ ਆਪਾਂ ਨੇਤਾ ਲਿਖਣ ਲਈ ਨੰਨਾ ਲਾਵਾ ਤੱਤਾ ਤੱਤੇ ਨੂੰ ਕੰਨਾ ਇੱਥੇ ਲਕੀਰ ਜਿਹੜੀ ਹੈਗੀ ਹੈ ਜੇ ਤੁਸੀਂ ਐਦਾਂ ਪਾ ਦਿਓ ਥੋੜੀ ਜਿਹੀ ਲੰਮੀ ਤਾਂ ਚੰਗਾ ਆ ਜੇ ਨਹੀਂ ਵੀ ਤੇ ਇਹ ਲਿਖਣ ਦੇ ਵਿੱਚ ਬਹੁਤਾ ਕੋਈ ਇਹਨੂੰ ਇੰਨਾ ਕੋਈ ਖਾਸ ਖਿਆਲ ਨਹੀਂ ਕਰਦਾ ਹੁੰਦਾ ਤੇ ਇਹ ਬਣਦਾ ਹੈਗਾ ਆ ਨੇਤਾ ਆਪਾਂ ਇੱਕ ਦੋ ਮਸਾਲਾ ਹੋ ਜਾ ਕਿਉਂਕਿ ਏ ਦੀ ਆਵਾਜ਼ ਆਈ ਜਾਣੀ ਆ ਕੋਈ ਵੀ ਚ ਹੋਵੇ ਏ ਦੀ ਆਵਾਜ਼ ਆਈ ਜਾਣੀ ਆ ਤੇ ਆਪਾਂ ਜੇ ਲਿਖਣਾ ਹੈਗਾ ਆ ਆ ਚਲੋ ਜਿਹੜਾ ਛੋਟਾ ਬੱਕਰੀ ਦਾ ਬੱਚਾ ਉਹਨੂੰ ਮੇਮਣਾ ਕਹਿ ਦਿੰਦੇ ਆਪਾਂ ਜੇ ਕਹਦੀਏ ਮੇਮਣਾ ਮਮਾ ਮੰਮੇ ਤੇ ਲਾਵਾ ਦੂਜਾ ਮਮਾ ਨਾਣਾ ਤੇ ਨਾਣੇ ਨੂੰ ਕੰਨਾ ਮੇਮਣਾ ਤੇ ਤੁਸੀਂ ਜਿਸ ਤਰ੍ਹਾਂ ਮਰਜੀ ਜਿੱਥੇ ਮਰਜੀ ਕਿਸੇ ਵੀ ਅੱਖਰ ਦੇ ਵਿੱਚ ਲਿਖਣਾ ਤਾਂ ਏ ਦੀ ਆਵਾਜ਼ ਜਿਹੜੀ ਆ ਉਥੇ ਲਾਵਾਂ ਲੱਗਣੀ ਆ ਤੇ ਕੰਨਾ ਜਿਹੜਾ ਆ ਉਥੇ ਆ ਦੀ ਆਵਾਜ਼ ਇਹਨੇ ਆਪਾਂ ਨੂੰ ਦੇਣੀ ਆ ਤੇ ਜੇ ਆਪਾਂ ਇੱਕ ਅੱਧਾ ਅੱਖਰ ਹੋਰ ਜਿਹੜਾ ਆਪਾਂ ਔਂਕੜ ਯੂਜ਼ ਕੀਤਾ ਸੀ ਉਹ ਆਪਾਂ ਔਂਕੜ ਨਾਲ ਲਾ ਲਨੇ ਆ ਤੇ ਕੰਨਾ ਨਾਲ ਲਾ ਲਨੇ ਆ ਲਾਵਾ ਨਾਲ ਲਾ ਲਨੇ ਆ ਅੱਖਰ ਲਿਖਨੇ ਜੀ ਆਪਾਂ ਕਹਿੰਦੇ ਨੇ ਕੋਈ ਬੰਦਾ ਸੁਰ ਵਿੱਚ ਜੇ ਗਾਉਂਦਾ ਆ ਸੁਰ ਦੇ ਵਿੱਚ ਹੈ ਗਾਇਆ ਅਸਸੇ ਨੂੰ ਔਂਕੜ ਰਾਰੇ ਨੂੰ ਕੰਨਾ ਪਰ ਇਹਦੇ ਵਿੱਚ ਆਪਾਂ ਕਿਉਂਕਿ ਸਾਫ਼ ਕਿ ਜਿਹੜਾ ਹੈਗਾ ਲਾਵਾ ਦਾ ਤੇ ਲਾਵਾ ਇਹਦੇ ਵਿੱਚ ਹੈ ਨਹੀਂ ਇਸ ਕਰਕੇ ਆਪਾਂ ਲਿਖ ਲੈਨੇ ਬੇਸੁਰਾ ਕਿ ਜਿਹਨੂੰ ਆਉਂਦਾ ਹੀ ਕੁਛ ਨਹੀਂ ਹੈਗਾ ਤੇ ਬੱਬਾ ਬੱਬੇ ਦੇ ਉੱਤੇ ਲਾਵਾ ਬੇ ਸਸਾ ਤੁਹਾਨੂੰ ਚਿਤਾ ਹੋਣਾ ਆਪਾਂ ਔਂਕੜ ਤੁਲੈਂਕੜ ਪਹਿਲਾਂ ਹੀ ਸਿੱਖ ਚੁੱਕੇ ਆ ਤੇ ਜਿਹੜੀ ਸੂ ਊ ਦੀ ਆਵਾਜ਼ ਆਉਣੀ ਆ ਜੇ ਜ਼ਿਆਦਾ ਡੂੰਗੀ ਊ ਉੱਥੇ ਤੁਲੈਂਕੜ ਜੇ ਅ ਥੋੜਾ ਜਿਹਾ ਲੱਗਣਾ ਤੇ ਉੱਥੇ ਤੁਹਾਨੂੰ ਪਤਾ ਲੱਗਣਾ ਹੈਗਾ ਆ ਔਂਕੜ ਤੇ ਜੇ ਲਿਖਣਾ ਬੇ ਸੁਰਾ ਫੇ ਰਾਰਾ ਰਾਰੇ ਨੂੰ ਕੰਨਾ ਤੇ ਜੇ ਰਾਰੇ ਨੂੰ ਥੋੜਾ ਜਿਹਾ ਛੋਟਾ ਹੁੰਦਾ ਕੰਨਾ ਜਿਹੜਾ ਕਿਉਂਕਿ ਜੇ ਪੂਰੀ ਲਿਖੋ ਤੇ ਗੱਗਾ ਬਣ ਜਾਂਦਾ ਇਹ ਕਹਣਾ ਬੇਸੁਰਾ ਕਿ ਜਿਹਦਾ ਕੋਈ ਸੁਰ ਹੈ ਨਹੀਂ ਤੇ ਇੱਕ ਵਾਰ ਫੇਰ ਬੱਬਾ ਬਬੇ ਤੇ ਲਾਮਾ ਸਸਾ ਸਸੇ ਨੂੰ ਔਕੜ ਰਾਰੇ ਨੂੰ ਕੰਨਾ ਤੇ ਆਪਾਂ ਜੇ ਲਿਖਣਾ ਮੈਂ ਕਦੀ ਮਿਸਾਲ ਹੋਰ ਦੇਵਾਂਗਾ ਕਿਉਂਕਿ ਇਹ ਇੱਕ ਸਾਫਕ ਬਹੁਤ ਫਿਰ ਲੰਮਾ ਹੋ ਜਾਂਦਾ ਤੁਸੀਂ ਆਪੇ ਹੀ ਸੋਚ-ਸੋਚ ਕੇ ਆ ਤੁਸੀਂ ਆਵਾਜ਼ਾਂ ਸੋਚਣੀਆਂ ਆਪਣੇ ਦਿਮਾਗ ਦੇ ਵਿੱਚ ਜਾਂ ਪੜ੍ਹ ਕੇ ਦੇਖਣੀ ਆਖਬਾਰ ਕੋਈ ਦੇਖ ਲਓ ਜਾਂ ਕੋਈ ਕਿਤਾਬ ਜਿਹੜੀ ਆ ਕਿ ਉੱਥੇ ਆਵਾਜ਼ ਜਿਹੜੀ ਆ ਲਾਵਾਂ ਦੇ ਨਾਲ ਜਾਂ ਔਂਕੜ ਨਾਲ ਕਿਸ ਤਰ੍ਹਾਂ ਦੀ ਲਿਖੀ ਆ ਆਪਾਂ ਕਹਦੇ ਨੇ ਬਥੇਰਾ ਆਪਾਂ ਕਹਿੰਦੇ ਬਥੇਰਾ ਬਹੁਤ ਜ਼ਿਆਦਾ ਚੀਜ਼ ਦਾ ਬਥੇਰਾ ਚਲੋ ਮਾਤਰਾ ਪਤਾ ਮੈਂ ਦੱਸਣ ਦੀ ਲੋੜ ਨਹੀਂ ਬੱਬਾ ਥਾ ਲਈ ਥੱਥਾ ਤੇ ਇਹਦੇ ਉੱਤੇ ਬਥੇ ਥੇ ਥੇ ਏ ਲਾਮਾ ਤਰਾਰਾ ਰਾਰੇ ਨੂੰ ਕੰਨ ਬਥੇਰਾ ਇੰਨਾ ਕਿ ਮੇਰੇ ਖਿਆਲ ਚ ਜਿਹੜੀਆਂ ਮਸਾਲਾਂ ਐ ਮੈਂ ਤੁਹਾਨੂੰ ਦਿੱਤੀਆਂ ਉਹ ਕਾਫੀ ਹੋਣੀਆਂ ਚਾਹੀਦੀਆਂ ਤੇ ਇਦੋਂ ਜਿਹੜਾ ਅਗਲਾ ਸਾਫਕ ਹੋਣਾ ਉਹ ਹੋਣਾ ਆਹ ਲਾਵਾਂ ਆ ਉਹਨੂੰ ਸਾਦੇ ਆ ਦੋ ਲਾਵਾਂ ਇਹ ਉੱਪਰ ਦੋ ਹੋਣਿਆ ਤੇ ਇਹਦੀ ਆਵਾਜ਼ ਤੇ ਜਿਹੜੀ ਇੱਕ ਦੋ ਮਸਾਲਾਂ ਆਪਾਂ ਨੂੰ ਤੁਹਾਨੂੰ ਸਾਂਝੀਆਂ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਤੇ ਉਦੋਂ ਤੱਕ ਤੁਸੀਂ ਜਿਹੜਾ ਕੰਨਾ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਲਾਵਾਂ ਦੀ ਜਿਹੜੀ ਕੋਈ ਲਿਖਣ ਦੀ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਰ ਦੇ ਅਭਿਆਸ ਵਿੱਚ ਉਹ ਕਰਨਾ ਆ ਤੇ ਤਾਂ ਕਿ ਤੁਹਾਨੂੰ ਪਿਛਲਾ ਜਿਹੜਾ ਉਹ ਚੇਤਾ ਰਹਿ ਸਕੇ ਐ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਮੈਂ ਤੁਹਾਨੂੰ ਕਿਆ ਕਿ ਮੈਂ სპੋਰਟਸਮੈਨ ਆ ਮੈਂ ਪਾਵਰ ਲਿਫਟਿੰਗ ਦੇ ਵਿੱਚ ਆ ਤੁਸੀਂ ਹਰਨੇਕ ਰਾਏ ਪਾਵਰ ਲਿਫਟਿੰਗ Google ਤੇ ਚੈੱਕ ਕਰ ਸਕਦੇ ਹੋ ਤੇ ਮੈਂ ਇਥੇ ਕਾਫੀ ਬਾਰੀ ਕੈਨੇਡੀਅਨ ਚੈਂਪੀਅਨਸ਼ਿਪ ਜਿੱਤੀ ਆ ਬੈਂਚ ਪ੍ਰੈਸ ਦੀ ਪਾਵਰ ਲਿਫਟਿੰਗ ਦੀ ਤੇ ਮੈਂ 월ਡ ਚੈਂਪੀਅਨਸ਼ਿਪ ਤੇ ਵੀ ਕਈ ਵਾਰੀ ਗਿਆ ਕਾਫੀ ਆਪਣਾ ਪੰਜਾਬੀਆਂ ਦਾ ਨਾਮ ਐ ਬਣਾਇਆ ਉੱਥੇ ਤੇ ਅਗਲੇ ਹਫ਼ਤੇ ਤਾਈ ਤੁਸੀਂ ਇਹ ਸਾਰੀ ਪ੍ਰੈਕਟਿਸ ਕਰਨੀ ਆ ਤੇ ਉਦੋਂ ਤੱਕ ਤੁਹਾਡਾ ਰੱਬ ਰੱਖਾ ਖੁਸ਼ ਰਹੋ